ਜਿਹੜਾ ਟਾਈਮ ਆ ਰਿਹਾ ਅਸੀਂ ਬਚ ਨਹੀਂ ਸਕਦੇ ਮਿਲਾਵਟੀ ਖਾਣਿਆਂ ਤੋਂ, ਸਾਨੂੰ ਹਾਰਟ ਦਾ ਜਿਹੜਾ ਭੁਗਤਾਨ ਕਰਨਾ ਹੀ ਪਊਗਾ। ਜਾ ਉਹਨੂੰ ਚੰਗੀ ਤਰ੍ਹਾਂ ਕਾੜਾ ਬਣਾਉਣਾ, ਕਾੜਾ ਕਿਵੇਂ ਬਣਾਉਣਾ, ਜਿਵੇਂ ਐਂ ਉਂਗਲੀ ਦੇ ਵਿੱਚ ਕਿੰਨਾ ਕੁ ਆਜੂਗਾ, 5 ਕੁ ਗ੍ਰਾਮ ਆਜੂਗਾ, ਹੈ ਨਾ, ਇੱਕ ਉਂਗਲੀ ਜਿੰਨਾ, ਇੱਕ ਪੋਟਾ ਉਹਦਾ ਕੱਟ ਲਓ। ਉਹ 'ਚ ਜਦੋਂ ਅੱਧਾ ਗਲਾਸ ਪਾਣੀ ਰਹਿ ਜੇ ਉਹਨੂੰ ਸਿਪ ਕਰ ਕਰਕੇ ਪੀਣਾ, ਉਹ 'ਚ ਰੱਬ ਕਰੇ ਕੁਛ ਨਾ ਪਾਇਓ ਯਾਰ, ਫਿਰ ਆਪਦੀ ਡਾਕਟਰੀ ਨਹੀਂ ਕਰਨੀ। ਬਹੁਤ ਕੁਛ ਕੀਤਾ ਹੋਇਆ ਤਾਂ ਤੁਹਾਨੂੰ ਦੱਸ ਰਿਹਾ, ਤੁਸੀਂ ਚਾਹੇ ਰੋੜਪਤੀ ਹੋ ਚਾਹੇ ਕਰੋੜਪਤੀ ਹੋ, ਇਦੋਂ ਵੱਧ ਵਧੀਆ ਦਵਾਈ ਨਹੀਂ ਹੋ ਸਕਦੀ ਹਾਰਟ ਦੀ ਪ੍ਰੋਬਲਮ ਵਾਸਤੇ। ਉਹ ਹਾਰਟ ਦੀਆਂ ਆਰਟਰੀਜ਼ ਤੁਹਾਡੀਆਂ ਸੈੱਟ ਰਹਿਣਗੀਆਂ। ਜੇ ਤੁਸੀਂ ਇਕੱਲਾ ਅਰਜਨ ਛਾਲ ਦਾ ਪਾਣੀ ਪੀਂਦੇ ਰਹੋਗੇ, ਤੁਹਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਹਾਰਟ ਪ੍ਰੋਬਲਮ ਨਹੀਂ ਆ ਸਕਦੀ। ਤੁਹਾਡਾ ਕਿੰਨਾ ਸਟ੍ਰੈਸ ਆ ਜੇ ਲਾਈਫ ਦੇ ਵਿੱਚ ਹਾਰਟ ਪ੍ਰੋਬਲਮ ਨਹੀਂ ਆ ਸਕਦੀ। ਇੱਕ ਗੋਲੀ ਹੈ ਆਯੁਰਵੈਦਿਕ ਸਿਸਟਮ ਦੇ ਵਿੱਚ, ਹਜ਼ਾਰਾਂ ਸਾਲ ਪਹਿਲਾਂ ਵੈਦ ਜੀ ਨੇ ਲਿਖਤੀ ਹੋਈ ਆ। ਅੱਜ ਕੱਲ੍ਹ ਦਿਲ ਦੀ ਕਰਨ ਜਾ ਰਹੇ ਹਾਂ, ਸੋ ਦਿਲ ਨੂੰ ਲੈ ਕੇ ਫਿਕਰਮੰਦ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਸਾਡਾ ਇੱਕ ਇਹੀ ਦਿਲ ਹੈ ਜੋ ਸਾਡੀ ਜ਼ਿੰਦਗੀ ਦੇ ਤਮਾਮ ਬੋਝ ਚੱਲਦੇ ਹੋਏ ਵੀ ਸਾਨੂੰ ਅੱਗੇ ਵੱਲ ਤੋਰਦਾ ਰਹਿੰਦਾ ਹੈ ਕਿ ਕੁਛ ਨਹੀਂ ਹੁੰਦਾ, ਹੌਂਸਲਾ ਦਿੰਦਾ ਰਹਿੰਦਾ, ਪਰ ਅਸੀਂ ਦਿਲ ਦੇ ਲਈ ਕੀ ਕਰਦੇ ਹਾਂ। ਸੋ ਅੱਜ ਦੀ ਵੀਡੀਓ ਇਹ ਹੈ ਕਿ ਆਪਾਂ ਦਿਲ ਦੇ ਲਈ ਕਿਵੇਂ ਧਿਆਨ ਰੱਖਣਾ ਹੈ, ਆਖਿਰ ਕਿਹੜੀਆਂ ਚੀਜ਼ਾਂ ਅਪਣਾ ਕੇ ਆਪਣੀ ਲਾਈਫ ਦੇ ਵਿੱਚ ਆਪਣੇ ਦਿਲ ਨੂੰ ਅਸੀਂ ਤੰਦਰੁਸਤ ਰੱਖ ਸਕਦੇ ਹਾਂ। ਸੋ ਭਾਵੇਂ ਕਿ ਬਹੁਤ ਸਾਰੇ ਕੰਮ ਦਾ ਤਣਾਅ ਸਾਡੇ ਮਨ ਦੇ ਉੱਪਰ ਹੁੰਦਾ ਹੈ, ਬੋਝ ਬਣਿਆ ਰਹਿੰਦਾ ਹੈ, ਅਤੇ ਦਿਲ ਦੀਆਂ ਕਈ ਬਿਮਾਰੀਆਂ ਛੋਟੀ ਉਮਰ ਵਿੱਚ ਹੀ ਅਸੀਂ ਵੇਖਦੇ ਹਾਂ, ਕਈਆਂ ਨੂੰ ਹੋ ਜਾਂਦੀਆਂ ਨੇ, ਕਈਆਂ ਦਾ ਕੋਲੈਸਟਰੋਲ ਲੈਵਲ ਬਹੁਤ ਵਧੀਆ ਹੁੰਦਾ, ਟ੍ਰਾਈਗਲਾਈਸਰਾਈਡਸ ਵਧੇ ਹੁੰਦੇ ਨੇ, ਜਿਸਦੇ ਕਾਰਨ ਬਾਅਦ ਵਿੱਚ ਜੋ ਹੈ ਦਿਲ ਦੀਆਂ ਗੰਭੀਰ ਬਿਮਾਰੀਆਂ ਜਾਂ ਹਾਰਟ ਅਟੈਕ ਦਾ ਖਤਰਾ ਵੀ ਹੋ ਜਾਂਦਾ ਹੈ। ਸੋ ਅੱਜ ਖਾਸ ਤੌਰ 'ਤੇ ਆਪਾਂ ਗੱਲ ਕਰਨ ਜਾ ਰਹੇ ਹਾਂ, ਦਿਲ ਨੂੰ ਤੰਦਰੁਸਤ ਰੱਖਣਾ ਹੈ ਤਾਂ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਕੀ ਕਰੀਏ, ਦੂਜਾ ਕੀ ਆਪਣੀ ਰੋਜ਼ਾਨਾ ਡਾਇਟ ਦੇ ਵਿੱਚ ਕੁਛ ਐਸਾ ਐਡ ਕਰੀਏ, ਘਰੇਲੂ ਨੁਸਖੇ ਦੀ ਆਪਾਂ ਗੱਲ ਕਰ ਰਹੇ ਹਾਂ ਜਿਸ ਦੇ ਨਾਲ ਦਿਲ ਨੂੰ ਕੋਈ ਤਕਲੀਫ ਹੋਵੇ ਹੀ ਨਾ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਅਤੇ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੈਦ ਦੇ MD ਮਿਸਟਰ ਸੁਭਾਸ਼ ਗੋਇਲ ਜੀ, ਇੱਕ ਵਾਰ ਫਿਰ ਸਾਡੇ ਨਾਲ ਜੁੜੇ ਨੇ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਾਬਾ ਜੀ ਮਿਹਰ ਕਰਨ ਸਾਰਿਆਂ 'ਤੇ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਹੀ ਸਤਿਕਾਰ ਭਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਸਰ ਦਾ ਸਵਾਗਤ ਅਸੀਂ ਕਰ ਲਿਆ, ਅਤੇ ਇਸ ਤੋਂ ਪਹਿਲਾਂ ਕਿ ਆਪਾਂ ਸਰ ਤੋਂ ਢੇਰ ਸਾਰੀ ਜਾਣਕਾਰੀ ਲਈਏ, ਤੁਸੀਂ ਸਾਰੇ ਇੰਤਜ਼ਾਰ ਜ਼ਰੂਰ ਕਰ ਰਹੇ ਹੋਣੇ, ਕਿਉਂਕਿ ਜਿਸ ਤਰੀਕੇ ਨਾਲ ਇੰਨਾ ਵਧੀਆ ਰਿਸਪੋਂਸ ਤੁਹਾਡਾ ਸਾਰਿਆਂ ਦਾ ਮਿਲ ਰਿਹਾ, ਤੁਸੀਂ ਵੀਡੀਓਜ਼ ਨੂੰ ਲਾਈਕ ਤਾਂ ਕਰ ਹੀ ਰਹੇ ਹੋ, ਸ਼ੇਅਰ ਵੀ ਲਗਾਤਾਰ ਵੱਡੀ ਗਿਣਤੀ ਵਿੱਚ ਕਰਦੇ ਹੋ, ਤਾਂ ਕਿ ਹੋਰਾਂ ਨੂੰ ਵੀ ਇਹਨਾਂ ਨੁਸਖਿਆਂ ਦਾ ਲਾਭ ਜ਼ਰੂਰ ਮਿਲ ਸਕੇ। ਸੋ ਇਸ ਤੋਂ ਪਹਿਲਾਂ ਕਿ ਸਰ ਤੋਂ ਆਪਾਂ ਜਾਣਕਾਰੀ ਲਈਏ ਅੱਜ ਦੇ ਵਿਸ਼ੇ 'ਤੇ, ਪਹਿਲਾਂ ਸੁਣਦੇ ਹਾਂ ਜੀ ਅੱਜ ਦਾ ਵਿਚਾਰ। ਸਫ਼ਰ ਕਿੰਨਾ ਵੀ ਲੰਮਾ ਹੋਵੇ, ਸ਼ੁਰੂ ਸਦਾ ਇੱਕ ਕਦਮ ਤੋਂ ਹੀ ਹੁੰਦਾ ਹੈ। ਤਾਂ ਠੀਕ ਹੈ ਜੀ, ਸੋ ਅੱਜ ਦੇ ਵਿਚਾਰ ਦੇ ਨਾਲ ਅੱਜ ਦੀ ਆਪਾਂ ਸ਼ੁਰੂਆਤ ਕਰ ਲਈ ਹੈ, ਤਾਂ ਫਿਰ ਹੁਣ ਸਰ ਦੀ ਵਾਰੀ ਹੈ ਪੁੱਛਦੇ ਹਾਂ ਉਹਨਾਂ ਤੋਂ ਦਿਲ ਨੂੰ ਤੰਦਰੁਸਤ ਰੱਖਣ ਦੇ ਘਰੇਲੂ ਨੁਸਖੇ, ਆਯੁਰਵੈਦਿਕ ਨੁਸਖੇ। ਜੇ ਤੁਸੀਂ ਜ਼ਿਮੀਂਦਾਰ ਹੋ ਜਾਂ ਤੁਹਾਡੇ ਕੋਲ ਕੋਈ ਵਧੀਆ ਰੱਬ ਨੇ ਕੋਈ ਚੱਜ ਦਾ ਮਕਾਨ ਦਿੱਤਾ ਹੋਇਆ, ਚੱਜ ਦਾ ਲੋਨ ਦਿੱਤਾ ਹੋਇਆ, ਚੰਗੀ ਵਧੀਆ ਜ਼ਮੀਨ ਘਰ 'ਚ ਕੋਈ ਵੱਡੀ ਵਧੀਆ ਗੱਲਬਾਤ ਹੈਗੀ ਆ, ਜੇ ਤੁਹਾਡੇ ਕੋਲ ਇੱਕ ਪੌਦਾ ਅਰਜੁਨ ਦਾ ਪੇੜ ਲਾਉਣ ਦੀ ਜਗ੍ਹਾ ਹੈਗੀ ਆ, ਤਾਂ ਅਰਜੁਨ ਦਾ ਪੇੜ ਘਰੇ ਲਾ ਲਓ। ਮੇਰੀ ਗੱਲ ਨੂੰ ਗੌਰ ਕਰਿਓ, ਇਹਨੂੰ ਹਲਕੇ 'ਚ ਨਾ ਲਿਓ, ਇਹ ਬਹੁਤ ਵੱਡੀ ਗੱਲ ਆ ਜਿਹੜੀ ਮੈਂ ਦੱਸ ਰਿਹਾ ਕਿ ਅਰਜੁਨ ਦਾ ਪੇੜ, ਕਿਉਂਕਿ ਆਉਣ ਵਾਲਾ ਜਿਹੜਾ ਟਾਈਮ ਆ ਰਿਹਾ ਅਸੀਂ ਬਚ ਨਹੀਂ ਸਕਦੇ ਮਿਲਾਵਟੀ ਖਾਣਿਆਂ ਤੋਂ, ਸਾਨੂੰ ਹਾਰਟ ਦਾ ਜਿਹੜਾ ਭੁਗਤਾਨ ਕਰਨਾ ਹੀ ਪਊਗਾ, ਤਾਂ ਲੇਕਿਨ ਜਿਹੜਾ ਅਰਜੁਨ ਦਾ ਪੇੜ ਆ, ਜੇ ਤੁਹਾਡੇ ਘਰ 'ਚ ਲੱਗਾ ਹੋਇਆ ਜਾਂ ਤੁਹਾਡੇ ਖੇਤ 'ਤੇ ਤੁਹਾਡੇ ਮੋਟਰ 'ਤੇ ਲੱਗਾ ਕਿਤੇ ਵੀ ਲੱਗਿਆ, ਤਾਂ ਤੁਸੀਂ ਉਹਦਾ ਜਿਹੜਾ ਸੱਕ ਹੈ ਉੱਪਰੋਂ ਕਦੇ ਵੀ ਲਾ ਸਕਦੇ ਹੋ। ਇਹ ਨਾ ਸੋਚੋ ਵੀ ਜੇ ਗੋਇਲ ਸਾਹਿਬ ਨੇ ਅਰਜੁਨ ਦਾ ਸੱਕ ਕਹਿ ਤਾਂ ਆਪਾਂ ਪੰਸਾਰੀ ਤੋਂ ਲਿਆ ਕਰਾਂਗੇ, ਲਿਆਓ ਯਾਰ, ਜੇ ਤੁਹਾਡੇ ਕੋਲ 4 ਪੈਸੇ ਪੁੱਗ ਦੇਣੇ ਲੈ ਆਓ, ਪਰ ਜਿਹੜਾ 50-100 ਰੁਪਏ ਦਾ ਬੂਟਾ ਜੇ ਉਹੀ ਲਾ ਲਉਂਗੇ ਲਿਆ ਕੇ, ਪਤਾ ਨਹੀਂ ਕਿੰਨੇ ਟੱਬਰਾਂ ਨੂੰ ਪਾਲੂਗਾ, ਉਹਦੇ ਉੱਤੋਂ ਸੱਕ ਲਾ ਕੇ ਤਾਜ਼ਾ ਉਹਨੂੰ ਚੰਗੀ ਤਰ੍ਹਾਂ ਕਾੜਾ ਬਣਾਉਣਾ, ਕਾੜਾ ਕਿਵੇਂ ਬਣਾਉਣਾ, ਜਿਵੇਂ ਐਂ ਉਂਗਲੀ ਦੇ ਵਿੱਚ ਕਿੰਨਾ ਕੁ ਆਜੂਗਾ, 5 ਕੁ ਗ੍ਰਾਮ ਆਜੂਗਾ,
ਹੈ ਨਾ, ਇੱਕ ਉਂਗਲੀ ਜਿੰਨਾ ਇੱਕ ਪੁੱਟ ਆ ਉਹਦਾ ਕੱਟ ਲਓ, ਅਰਜੁਨ ਦੇ ਸੱਕ ਦਾ ਉਹ ਪੀਸ ਕੱਟ ਕੇ ਉਹਨੂੰ ਚੰਗੀ ਤਰ੍ਹਾਂ ਵੇਲਣੇ ਨਾਲ ਕੁੱਟ ਫੁੱਟ ਕੇ ਉਹਨੂੰ ਬਸ ਐਂ ਪਾਣੀ 'ਚ ਗੇਰ ਦਿਉ, ਜਿਵੇਂ ਮੰਨ ਲਓ 2 ਗਲਾਸ ਪਾਣੀ 'ਚ ਪਾ ਦਿਉ, ਜਦੋਂ ਅੱਧਾ ਗਲਾਸ ਪਾਣੀ ਰਹਿ ਜੇ, ਮੰਨ ਲਓ 'ਚੋਂ 1/3 ਪਾਣੀ ਉੱਡ ਜੇ, ਉਹ 'ਚੋਂ ਜਦੋਂ ਅੱਧਾ ਗਲਾਸ ਪਾਣੀ ਰਹਿ ਜੇ ਉਹਨੂੰ ਸਿਪ ਕਰ ਕਰਕੇ ਪੀਣਾ, ਉਹ 'ਚ ਰੱਬ ਕਰੇ ਕੁਛ ਨਾ ਪਾਇਓ ਯਾਰ, ਫਿਰ ਆਪਦੀ ਡਾਕਟਰੀ ਨਹੀਂ ਕਰਨੀ, ਬਹੁਤ ਕੁਛ ਕੀਤਾ ਹੋਇਆ ਤਾਂ ਤੁਹਾਨੂੰ ਦੱਸ ਰਿਹਾ, ਉਹਨੂੰ ਸਿਪ ਕਰ ਕਰਕੇ ਪੀਣਾ। ਤੁਸੀਂ ਚਾਹੇ ਰੋੜਪਤੀ ਹੋ ਚਾਹੇ ਕਰੋੜਪਤੀ ਹੋ, ਇਦੋਂ ਵੱਧ ਵਧੀਆ ਦਵਾਈ ਨਹੀਂ ਹੋ ਸਕਦੀ ਹਾਰਟ ਦੀ ਪ੍ਰੋਬਲਮ ਵਾਸਤੇ। ਇਹਦਾ ਸਿਪ ਕਰ ਕਰਕੇ ਪੀਂਦੇ ਰਹੋ, ਹਾਰਟ ਦੀਆਂ ਆਰਟਰੀਜ਼ ਤੁਹਾਡੀਆਂ ਸੈੱਟ ਰਹਿਣਗੀਆਂ। ਜਿਹੜੇ ਨੌਜਵਾਨ ਮੁੰਡੇ ਆ ਉਹਨਾਂ ਨੂੰ ਵੀ ਪੀਣਾ ਚਾਹੀਦਾ, ਕੁੜੀਆਂ ਨੂੰ ਵੀ ਪੀਣਾ ਚਾਹੀਦਾ। ਇਹ ਜਿਹੜੀ ਹਾਰਟ ਬਰੋਕਨ ਬਿਮਾਰੀ ਚੱਲੀ ਹੋਈ ਆ ਉੱਥੇ ਵੀ ਉਹ ਵੀ ਨਹੀਂ ਕੰਮ ਕਰਦੀ, ਫਿਰ ਉਹਦਾ ਵੀ ਅਸਰ ਨਹੀਂ ਹੁੰਦਾ। ਜੇ ਤੁਸੀਂ ਅਰਜੁਨ ਦਾ ਪਾਊਡਰ ਲੈਂਦੇ ਰਹੋਗੇ ਪਾਣੀ 'ਚ ਪਾ ਕੇ ਜਾਂ ਅਰਜੁਨ ਸੱਕ, ਤਾਂ ਇਹ ਇੱਕ ਉਹਦਾ ਬਹੁਤ ਬੈਸਟ ਟ੍ਰੀਟਮੈਂਟ ਆ। ਔਰ ਜਿਹੜੀਆਂ ਅੱਜ ਕੱਲ੍ਹ ਦਿਲ ਦੀਆਂ ਬਿਮਾਰੀਆਂ ਨੇ, ਇੱਕ ਇਹ ਬਿਮਾਰੀ ਨਹੀਂ ਹੈ, ਉਈ ਹਵਾ ਉਈ ਇੰਪਰੈਸ਼ਨ ਵੀ ਬਸ ਜੀ ਮੈਨੂੰ ਤਾਂ ਹਾਰਟ ਪ੍ਰੋਬਲਮ ਹੋ ਗਈ, ਉਹ ਫਿਰ ਇਹਦਾ ਜੀ ਕਰ ਦਿਉ ਜੀ ਬਾਈਪਾਸ ਕਰ ਦਿਉ ਜੀ, ਇਹਦਾ ਫਲਾਣਾ ਕਰ ਦਿਉ ਜੀ, ਆਰਟਰੀਜ਼ ਵੀਕ ਹੋ ਗਏ। ਜੇ ਤੁਸੀਂ ਇਕੱਲਾ ਅਰਜੁਨ ਛਾਲ ਦਾ ਪਾਣੀ ਪੀਂਦੇ ਰਹੋਗੇ ਤੁਹਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਹਾਰਟ ਪ੍ਰੋਬਲਮ ਨਹੀਂ ਆ ਸਕਦੀ। ਤੁਹਾਡਾ ਕਿੰਨਾ ਸਟ੍ਰੈਸ ਆ ਜੇ ਲਾਈਫ ਦੇ ਵਿੱਚ ਹਾਰਟ ਪ੍ਰੋਬਲਮ ਨਹੀਂ ਆ ਸਕਦੀ। ਔਰ ਇੱਕ ਤ੍ਰਿਫਲਾ ਪਾਊਡਰ, ਤ੍ਰਿਫਲਾ ਪਾਊਡਰ 5 ਗ੍ਰਾਮ ਰਾਤ ਨੂੰ 5 ਵਜੇ, ਔਰ ਇੱਕ ਗੋਲੀ ਚੁੱਪ ਚਾਪ ਉਹ ਗੋਲੀ ਸਵੇਰੇ ਆਪਦੀ ਰੋਟੀ ਪਾਣੀ ਤੋਂ ਪਹਿਲਾਂ, ਮਤਲਬ ਸਵੇਰੇ ਬਰੱਸ਼ ਬਰੁਸ਼ ਕਰ ਲਿਆ, ਆਮਲੇ ਦਾ ਪਾਊਡਰ ਲੈ ਲਓ, ਆਮਲਾ ਖਾ ਲਓ, ਇੱਕ ਉਹ ਗੋਲੀ ਹੈ ਆਯੁਰਵੈਦਿਕ ਸਿਸਟਮ ਦੇ ਵਿੱਚ, 1000 ਸਾਲ ਪਹਿਲਾਂ ਵੈਦ ਜੀ ਨੇ ਲਿਖਤੀ ਹੋਈ ਆ ਕਿਸੇ ਨੇ, ਉਹ ਲੈਂਦੇ ਰਹੋ। ਉਹਦਾ ਨਾਂ ਹੈ PC Gold, PC Gold। ਇਹ ਗੋਲੀ ਜਿਹੜੀ ਹੈ ਇਹਨੂੰ ਗੂਗਲ ਸਰਚ ਕਰਿਓ, PC Gold, ਇੱਕ ਰੋਜ਼ ਖਾਣੀ ਹੈ। ਇੱਕ ਹੈਗੀ LB Amrit, ਇੱਕ ਗੋਲੀ ਰੋਜ਼ ਖਾ ਲਓ, ਨਾ ਕਦੇ ਫੈਟੀ ਲੀਵਰ, ਨਾ ਕਦੇ ਹਾਰਟ ਦੀ ਪ੍ਰੋਬਲਮ, ਨਾ ਕਦੇ ਬਾਥਰੂਮ ਦੀ, ਨਾ ਕਦੇ ਪ੍ਰੋਸਟੈਟ ਦੀ। ਇਹ 2 ਗੋਲੀਆਂ ਐਸਾ ਅੰਮ੍ਰਿਤ ਦਾ ਕੰਮ ਕਰਦੀਆਂ ਨੇ, ਆਯੁਰਵੈਦਿਕ ਸਿਸਟਮ ਦੀਆਂ ਨੇ। ਇੱਕ ਇੱਕ ਗੋਲੀ ਦੇ ਵਿੱਚ 60-60 ਤਰ੍ਹਾਂ ਦੀਆਂ ਜੜੀ ਬੂਟੀਆਂ ਪਾ ਕੇ ਇਹ ਗੋਲੀ ਬਣੀ ਹੈ। ਗੱਲ ਕੁਛ ਵੀ ਨਹੀਂ, ਨਿੱਕੀ ਜਿਹੀ ਗੋਲੀ ਹੈ, ਖਾਓਗੇ ਤੁਹਾਨੂੰ ਪਤਾ ਲੱਗੂ, ਮਤਲਬ ਤੁਸੀਂ ਹੋ ਸਕਦਾ 20 ਸਾਲ ਬਾਅਦ ਥੈਂਕ ਯੂ ਬੋਲੋ, ਹੋ ਸਕਦਾ 20 ਦਿਨ ਬਾਅਦ ਹੀ ਬੋਲ ਦੇਵੋ, ਬਾਡੀ ਟੂ ਬਾਡੀ। ਲੇਕਿਨ ਇਹ ਜ਼ਰੂਰ ਹੈ ਵੀ ਜਿੱਦਣ ਇਹ ਤੁਸੀਂ ਖਾਣਾ ਸ਼ੁਰੂ ਕਰ ਦੋਗੇ LB Amrit ਅਤੇ PC Gold, ਉਦਣ ਤੋਂ ਤੁਸੀਂ ਸਮਝ ਲਓ ਕਿ ਤੁਹਾਡੀ ਜਿਹੜੀ ਬਿਮਾਰੀ ਆ ਉਹਦੇ ਜਾਣ ਦੇ ਦਿਨ ਸ਼ੁਰੂ ਹੋ ਗਏ, ਨਾਲ ਦੀ ਨਾਲ ਫਾਇਦਾ। ਔਰ ਇਹ ਸਾਰਿਆਂ ਨੂੰ, ਜਿਹਨੂੰ ਕੋਈ ਬਿਮਾਰੀ ਨਹੀਂ ਉਹ ਜੇ ਖਾਣਗੇ ਤਾਂ ਬਿਮਾਰੀ ਹੋ ਨਹੀਂ ਸਕਦੀ। ਇੱਕ ਗੋਲੀ LB Amrit, ਇੱਕ ਗੋਲੀ PC Gold, ਹੈਨਾ, ਤੁਸੀਂ ਗੂਗਲ ਸਰਚ ਕਰਿਓ, ਦੋਨਾਂ ਨੂੰ ਤੁਹਾਨੂੰ ਲੱਭ ਜਾਣਗੀਆਂ। ਮੰਗਾਓ, ਔਡਰ ਕਰ ਲਓ ਤਾਂ ਮੰਗਾ ਲਓ। ਅਤੇ ਦੂਜੀ ਗੱਲ ਇੱਕ ਹੋਰ ਮੈਂ ਤੁਹਾਨੂੰ ਦੱਸਦਾ, ਅੱਜ ਕੱਲ੍ਹ ਨਾ ਮੈਡਮ ਲੋਕਾਂ ਦਾ ਟੈਸਟ ਕਰਾ ਲਓ ਜਦੋਂ ਮਰਜ਼ੀ, ਤੁਸੀਂ ਬਲੱਡ ਟੈਸਟ ਕਰਾ ਲਓ। ਆਪਾਂ ਕਹਿੰਦੇ ਹਾਂ ਵੀ ਆਲ ਬਾਡੀ ਟੈਸਟ ਕਰ ਦਿਉ ਜੀ, ਉਹ ਪੈਕੇਜ ਜੇ ਬਣੇ ਹੋਏ ਨੇ। ਅੱਗੇ ਤਾਂ ਡਾਕਟਰ ਲਿਖਦਾ ਸੀਗਾ ਤਾਂ ਟੈਸਟ ਹੁੰਦਾ ਸੀਗਾ, ਹੁਣ ਉਹ ਇੱਕ ਉਹ ਵੱਡੀ ਵੱਡੀ ਬਿਮਾਰੀ ਹੋ ਗਈ, ਉਹ ਅਗਲਾ ਟੈਸਟ ਕਰਾ ਲੈਂਦਾ, ਉਹਦੇ ਵਿੱਚੋਂ ਲੈਬੋਰਟਰੀ ਵਾਲੇ ਉਹਨੂੰ ਰਿਕਮੈਂਡ ਕਰ ਦਿੰਦਾ ਵੀ ਤੈਨੂੰ ਆਹ ਬਿਮਾਰੀ, ਤੈਨੂੰ ਆਹ ਬਿਮਾਰੀ, ਤੈਨੂੰ ਆਹ ਬਿਮਾਰੀ। ਨਾਲ ਹੀ ਉਹ ਲੈਬੋਰਟਰੀ ਵਾਲੇ ਨੂੰ ਪਹਿਲਾਂ ਹੀ ਕਿਸੇ ਕੰਪਨੀ ਨੇ, ਕਿਸੇ ਮਲਟੀਨੈਸ਼ਨਲ ਕੰਪਨੀਆਂ ਨੇ ਉਹਨੂੰ ਪਹਿਲਾਂ ਹੀ ਖਰੀਦਿਆ ਹੁੰਦਾ, ਉਹ ਨਾਲ ਉਹਨੂੰ ਦਵਾਈਆਂ ਵੀ ਦੱਸ ਦਿੰਦਾ ਵੀ ਤੂੰ ਫਲਾਣੀ ਕੰਪਨੀ ਦੀ ਆਹ ਖਾ ਲਾ, ਮਲਟੀ ਵਿਟਾਮਿਨ ਖਾ ਲਾ, ਤੂੰ ਫਲਾਣਾ ਖਾ ਲਾ, ਤੇਰਾ ਐਂ ਹੋ ਜੂ। ਰੱਬ ਦੇ ਵਾਸਤੇ ਇੱਕ ਤਾਂ ਜਿਹੜੇ ਟੈਸਟ ਨੇ ਕੋਸ਼ਿਸ਼ ਕਰਿਆ ਕਰੋ ਵੀ ਜਿਹੜੇ ਡਾਕਟਰ ਨੇ ਲਿਖੇ ਨੇ ਉਹੀ ਕਰਾਓ। ਦੂਜੀ ਗੱਲ, ਲੋੜ ਮੁਤਾਬਕ ਟੈਸਟ ਕਰਾਓ, ਟੈਸਟ ਜ਼ਰੂਰ ਕਰਾਓ। ਹਰ 3 ਮਹੀਨੇ ਜਾਂ 6 ਮਹੀਨੇ ਆਪਣੇ ਡਾਕਟਰ ਨੂੰ ਮਿਲ ਕੇ, ਫੈਮਿਲੀ ਡਾਕਟਰ ਨੂੰ ਮਿਲ ਕੇ ਕਹੋ ਜੀ ਮੈਨੂੰ ਟੈਸਟ ਦੱਸ ਦਿਉ ਕਿਹੜੇ ਕਿਹੜੇ ਕਰਾਉਣੇ ਆ, ਮੈਨੂੰ ਬਿਮਾਰੀ ਕੋਈ ਨਹੀਂ ਪਰ ਮੈਨੂੰ ਟੈਸਟ ਦੱਸ ਦਿਉ, ਮੈਂ ਕਰਾਉਂਦਾ ਰਹਾਂ, ਤਾਂ ਕਿ ਆਪਾਂ ਨੂੰ ਪਤਾ ਲੱਗੇ ਵੀ ਆਹ ਬਿਮਾਰੀ ਹੋ ਰਹੀ ਆ ਜਾਂ ਇਹ ਪਣਪ ਰਹੀ ਆ, ਇਹਨੂੰ ਸੈੱਟ ਕਰਨਾ, ਇਹਨੂੰ ਠੀਕ ਕਰਨਾ। ਤਾਂ ਇੱਕ ਤਾਂ ਇਹ ਕਰੋ, ਦੂਜਾ ਕਿਸੇ ਹੋਰ ਗੈਰ ਐਰ ਗੈਰ ਦੇ ਕਹੇ ਦਵਾਈ ਨਾ ਖਾਓ,
ਕਿਸੇ ਭੂਆ ਫੁੱਫੇ ਦੇ ਦੱਸੇ ਵੀ ਦਵਾਈ ਨਾ ਖਾਓ, ਦਵਾਈ ਖਾਓ ਇੱਕ ਡਾਕਟਰ ਦੇ ਰਿਕਮੈਂਡੇਸ਼ਨ 'ਤੇ। ਉਹ ਡਾਕਟਰ ਤੁਹਾਡੀ ਚੋਇਸ ਦਾ ਹੋਣਾ ਚਾਹੀਦਾ, ਉਹ ਮੇਰੀ ਚੋਇਸ ਦਾ ਵੀ ਨਹੀਂ ਹੋਣਾ ਚਾਹੀਦਾ, ਉਹ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਉਹਦੀ ਚੋਇਸ ਕੋਈ ਹੋਰ ਕਰ ਰਿਹਾ। ਤੁਸੀਂ ਜਾ ਕੇ ਮੈਡੀਕਲ ਸਟੋਰ ਵਾਲੇ ਨੂੰ ਜੇ ਪੁੱਛਦੇ ਹੋ ਵੀ ਕੋਈ ਵਧੀਆ ਜਿਹਾ ਡਾਕਟਰ ਦੱਸ, ਉਹੀ ਦੱਸੂ ਡਾਕਟਰ ਜਿਹੜਾ ਪਰਚੀ ਲਿਖ ਕੇ ਉਹਦੇ ਕੋਲ ਹੀ ਭੇਜਦਾ, ਵੀ ਉਹਨੂੰ 4 ਪੈਸਿਆਂ ਦਾ ਫਾਇਦਾ ਹੋ। ਤੁਸੀਂ ਚੋਇਸ ਕਰੋ ਡਾਕਟਰ ਆਪਣੇ ਆਪ, ਅਤੇ ਉਸ ਡਾਕਟਰ ਕੋਲ ਜਾ ਕੇ ਆਪਦਾ ਇਲਾਜ ਕਰਾਓ। ਦੂਸਰੀ ਚੀਜ਼ ਜਿਹੜੀ ਸਭ ਤੋਂ ਵੱਡੀ ਆ ਉਹ ਹੈਗੀ ਆ ਕਿ ਹਾਰਟ ਵਾਸਤੇ ਜੇ ਤੁਹਾਨੂੰ ਚਾਹੀਦਾ ਕੋਲੈਸਟਰੋਲ ਕੰਟਰੋਲ ਪਾਊਡਰ, ਉਹ ਵੈਦਵਾਨ ਕੰਪਨੀ ਦਾ। ਜੇ ਤੁਹਾਨੂੰ ਚਾਹੀਦਾ ਟ੍ਰਾਈਗਲੈਸਰਾਈਡ ਵਾਸਤੇ TG ਕੰਟਰੋਲ ਟੈਬਲੇਟ, ਵੈਦਵਾਨ ਕੰਪਨੀ ਦਾ। ਔਰ ਜਿਸ ਦਵਾਈ ਦੇ ਉੱਤੇ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਇਹ ਮੋਟੀ ਜਿਹੀ ਗੱਲ ਹੈ, ਜਿਸ ਆਯੁਰਵੈਦਿਕ ਦਵਾਈ ਦੇ ਉੱਤੇ ਵੈਦਵਾਨ ਲਿਖਿਆ ਗਿਆ ਸਮਝ ਲਓ ਅਸਲੀ ਆ, ਜਿਹਤੇ ਵੈਦਵਾਨ ਨਹੀਂ ਲਿਖਿਆ ਗਿਆ ਉਹ ਸਾਨੂੰ ਨਹੀਂ ਪਤਾ ਕੀ ਆ। ਇਸ ਕਰਕੇ ਜਿਹਦੇ 'ਤੇ ਵੈਦਵਾਨ ਲਿਖਿਆ ਉਹਦੇ 'ਤੇ ਸਾਡੀ ਪੂਰੀ ਸ਼ੋਰਟੀ ਹੁੰਦੀ ਹੈ, ਸਾਡੇ ਵੈਦ ਜੀ ਦੀ ਪੂਰੀ ਸਲਾਹ ਹੁੰਦੀ ਹੈ, ਗੌਰਮੈਂਟ ਦੀ ਸਟੈਂਪ ਹੁੰਦੀ ਹੈ। ਤਾਂ ਵੈਦਵਾਨ ਕੰਪਨੀ ਦਾ ਅਗਰ ਤੁਸੀਂ ਪ੍ਰੋਡਕਟ ਲੈਂਦੇ ਹੋ ਤਾਂ ਇਹਦੇ ਵਿੱਚ ਹੈਗਾ ਕੋਲੈਸਟਰੋਲ ਕੰਟਰੋਲ ਪਾਊਡਰ, ਅਤੇ ਇੱਕ ਹੈਗਾ TG ਕੰਟਰੋਲ ਪਾਊਡਰ ਜਿਹੜਾ ਕਿ ਟ੍ਰਾਈਗਲੈਸਰਾਈਡ ਨੂੰ ਕੰਟਰੋਲ ਕਰਦਾ, ਸੋਰੀ TG ਕੰਟਰੋਲ ਟੈਬਲੇਟ, ਗੋਲੀ ਹੈ ਯੈਲੋ ਜਿਹੇ ਕਲਰ ਦੀ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਨੂੰ ਫਾਇਦਾ ਕਰਨਗੀਆਂ। ਔਰ ਜੇ ਤੁਹਾਡੇ ਘਰ 'ਚ ਕੋਈ ਵੀ ਮਰੀਜ਼ ਹੈ ਜਿਹਦਾ ਬਾਈਪਾਸ ਹੋ ਚੁੱਕਿਆ, ਜਿਹਨੂੰ ਓਪਰੇਸ਼ਨ ਹੋ ਚੁੱਕੇ ਨੇ, ਕੁਛ ਵੀ ਹੈ, ਉਹਨਾਂ ਲਈ ਮੈਂ ਜ਼ਰੂਰ ਕਹੂੰਗਾ ਕਿ www.vaidwan.com 'ਤੇ ਜਾ ਕੇ, ਜਾਂ ਜਿਹੜੇ ਸਾਡੇ ਟੈਲੀਫੋਨ ਨੰਬਰ ਨੇ ਇਹਨਾਂ 'ਤੇ ਜਾ ਕੇ ਇੱਕ ਵਾਰੀ ਅਪੁਆਇੰਟਮੈਂਟ ਫਿਕਸ ਕਰਕੇ ਸਾਡੇ ਜਿਹੜੇ ਡਾਕਟਰ ਹੈ ਵੈਦ ਹੈ ਉਹਨਾਂ ਨੂੰ ਮਿਲ ਲਓ, ਤਾਂ ਕਿ ਤੁਹਾਨੂੰ ਕੁਛ ਚੀਜ਼ਾਂ ਜਿਹੜੀਆਂ ਤੁਹਾਡੀ ਰਸੋਈ 'ਚ ਤੁਹਾਨੂੰ ਫਾਇਦਾ ਕਰ ਸਕਦੀਆਂ ਨੇ, ਜਾਂ ਕੁਛ ਚੀਜ਼ਾਂ ਜਿਹੜੀਆਂ ਸਾਡੀ ਫਾਰਮੇਸੀ 'ਚੋਂ ਅਸੀਂ ਤੁਹਾਨੂੰ ਦੇ ਸਕਦੇ ਹਾਂ ਜਾਂ ਵੈਦ ਦੇ ਸਕਦੇ ਨੇ, ਉਹ ਤੁਸੀਂ ਲੈ ਕੇ ਆਪਣੀ ਤੰਦਰੁਸਤ ਔਰ ਅੱਛੀ ਸਿਹਤ ਜੀ ਸਕਦੇ ਹੋ। ਤਾਂ ਇਹਦੇ ਵਾਸਤੇ ਮੈਨੂੰ ਲੱਗਦਾ ਕਿ ਇੱਥੇ ਤੱਕ ਆਪਾਂ ਆਏ ਹਾਂ, ਇੰਨਾ ਵੱਡਾ ਵੀਡੀਓ ਤੁਸੀਂ ਦੇਖਿਆ, ਟਾਈਮ ਕੱਢਿਆ, ਤਾਂ ਜ਼ਰੂਰ ਆਪਣੇ ਘਰ 'ਚ ਕੋਈ ਨਾ ਕੋਈ ਇੱਦਾਂ ਦੀ ਪ੍ਰੋਬਲਮ ਹੋਊਗੀ। ਜੇ ਹੈਗੀ ਆ ਤਾਂ ਇੱਕ ਧੁੰਨੀ ਦੇ ਵਿੱਚ ਤੇਲ ਜ਼ਰੂਰ ਲਾਇਆ ਕਰੋ, ਚਾਹੇ ਸਰੋਂ ਦਾ ਹੀ ਲਾ ਲਿਆ ਕਰੋ, ਚਾਹੇ ਬਦਾਮ ਦਾ ਲਾ ਲਿਆ ਕਰੋ, ਚਾਹੇ ਆਪਣਾ ਨਾਰੀਅਲ ਦਾ ਲਾ ਲਿਆ ਕਰੋ। ਪਰ ਜੇ ਕਿਤੇ ਤੁਹਾਨੂੰ ਖਸਖਸ ਦਾ ਤੇਲ ਮਿਲ ਜੇ ਤਾਂ ਕਿਆ ਬਾਤ ਹੈ, ਖਸਖਸ ਦਾ ਤੇਲ ਮਤਲਬ ਤੁਸੀਂ ਸਦਾ ਹੀ ਖੁਸ਼ ਰਿਹਾ ਕਰੋਗੇ, ਤਾਂ ਉਹ ਲਾ ਲਿਆ ਕਰੋ। ਇਸ ਤੋਂ ਵਧੀਆ ਹੋਰ ਜਾਣਕਾਰੀ ਲਈ ਸਾਡੇ ਕਮੈਂਟ ਬਾਕਸ ਦੇ ਵਿੱਚ ਪਾ ਦਿਆ ਕਰੋ ਵੀ ਗੋਇਲ ਸਾਹਿਬ ਆਹ ਵੀ ਜਾਣਕਾਰੀ ਚਾਹੀਦੀ ਹੈ, ਤਾਂ ਕੋਸ਼ਿਸ਼ ਕਰਾਂਗੇ ਤੁਹਾਡੀਆਂ ਸਵਾਲਾਂ ਦੇ ਜਵਾਬ ਦੇਣ ਦੀ, ਜਿੰਨੇ ਕੁ ਯੋਗੇ ਹੈਗੇ ਆ ਜ਼ਰੂਰ ਤਿਆਗ ਕਰਾਂਗੇ। ਸਤਿ ਸ਼੍ਰੀ ਅਕਾਲ। ਮੈਂ ਉਮੀਦ ਕਰਦੀ ਹਾਂ ਕਿ ਹਰ ਵਾਰ ਦੀ ਤਰ੍ਹਾਂ ਅੱਜ ਦੀ ਵੀਡੀਓ ਵੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਆਪਣੇ ਸਵਾਲ ਜਾਂ ਆਪਣੇ ਸੁਝਾਅ ਤੁਸੀਂ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਜ਼ਰੂਰ ਸਾਂਝੇ ਕਰ ਸਕਦੇ ਹੋ। ਇਸ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਜ਼ਰੂਰ ਕਰਨਾ, ਤਾਂ ਕਿ ਹੋਰਾਂ ਨੂੰ ਵੀ ਇਹਨਾਂ ਸਭ ਗੱਲਾਂ ਦਾ ਫਾਇਦਾ ਹੋ ਸਕੇ। ਹੋਰ ਕਿਹੜੇ ਵਿਸ਼ਿਆਂ 'ਤੇ ਅਸੀਂ ਵੀਡੀਓਜ਼ ਬਣਾਈਏ, ਉਹ ਸੁਝਾਅ ਵੀ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਅਤੇ ਜੇਕਰ ਹੁਣ ਤੱਕ ਤੁਸੀਂ ਫੋਲੋ ਨਹੀਂ ਕੀਤਾ ਹੈ ਪੇਜ ਕੌਰ ਹਰਜੋਤ, ਅਤੇ ਸਬਸਕ੍ਰਾਈਬ ਨਹੀਂ ਕੀਤਾ ਹੈ ਯੂਟਿਊਬ ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ, ਤਾਂ ਫਟਾਫਟ ਜੋ ਹੈ ਸਬਸਕ੍ਰਾਈਬ ਕਰ ਦਿਉ। ਹੋਰ ਵੱਖ ਵੱਖ ਡਾਕਟਰਸ ਦੇ ਨਾਲ ਗੱਲਬਾਤ ਕਰਕੇ, ਵੱਖ ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਕੇ ਤੁਹਾਡੇ ਤੱਕ ਸਿਹਤ ਨਾਲ ਜੁੜੀ ਵਧੀਆ ਜਾਣਕਾਰੀ ਸਾਂਝੇ ਕਰਦੇ ਰਹਾਂਗੇ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਸਤਿ ਸ਼੍ਰੀ ਅਕਾਲ।